ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਤੇ ਘੋੜੀ ਦੇਖੋ ਜੀ, ਆਪਣੀ ਗੱਭਣਾ ਕਿਵੇਂ ਆ? ਗੱਭਣੀ ਆ ਵੈਸੇ ਤਾਂ, ਆਪਾਂ ਵੀ ਕਹਿ ਰਹੇ ਆਪਣੇ ਚੈੱਕ ਬਾਹ ਕਰਾਈ ਵੀ ਪੇਟ ਜਾ ਨਹੀਂ ਇੰਨਾ ਲੱਗਦਾ ਘੋੜੀ ਦਾ। ਅੱਜ ਹੈਗੀ ਆ 3 ਤਰੀਕ ਅਤੇ ਕੱਲ੍ਹ ਨੂੰ 6 ਤਰੀਕ ਨੂੰ ਉਹਨੂੰ 10ਵਾਂ ਮਹੀਨਾ ਲੱਗ ਜੂਗਾ। ਵੈਸੇ ਤਾਂ ਗੱਭਣੀ ਹੈਗੀ ਤੇ ਆਪਣੀ ਗਾਂ ਨੂੰ ਪੇਟ ਥੋੜਾ ਬੱਚਾ ਕਮਜ਼ੋਰ ਹੋਊਗਾ, ਹੋ ਸਕਦਾ। ਤੇ ਆਪਣੀ ਗਾਂ ਨੂੰ ਹੋਊਗੀ ਟਾਈਟਨੈਸ, ਇਹਨੂੰ ਆਪਣੀ ਨੂੰ ਵੱਡੀ ਗਾਂ ਜਿਹੜੀ। ਟੀਕੇ ਇੱਕ ਤਾਂ ਇਹਦੇ ਲਾਇਆ ਜੀ ਮੈਗਨੋਡਨ, ਤੇ ਇੱਕ ਲਾਇਆ ਆਪਣਾ ਦੂਜਾ ਐਂਟੀਬਾਇਟਿਕ ਜਿਹੜਾ ਹੁੰਦਾ ਉਹਦਾ ਇਨਫੈਕਸ਼ਨ ਵਾਲਾ। ਤੇ ਆਪਣੇ ਆਹ ਟਿਊਬ ਆਉਂਦੀਆਂ ਇੱਕ ਇਹਦੇ, ਤੇ ਪਰਸੋਂ ਤੋਂ ਆਪਾਂ ਇਹ ਚੜਾਈ ਜਾਂਦੇ ਹਾਂ। ਪਰਸੋਂ ਤੋਂ ਇਹਦੇ ਕੱਲ੍ਹ ਵੀ ਚੜ੍ਹਾਈ ਸੀ ਇੱਕ ਤੜਕੇ, ਕੱਲ੍ਹ ਹੱਥ ਨੇ ਅਤੇ ਅੱਜ ਤੜਕੇ, ਅਤੇ ਇੱਕ ਹੁਣ ਦੇ ਇੱਕ ਜਿਹੜੀ ਹੋਰ ਆ ਉਹ ਚੜ੍ਹਾ ਹੋਈ ਮੂੰਹ ਲੈ ਸਾਨੂੰ ਦੇਖੋ। ਆਹ ਦੇਖੋ ਜੀ, ਬਸ ਥੱਲੋਂ ਐਂ ਨੱਪ ਦਿੰਦੇ ਇਹਦਾ। ਚਲੋ ਇਹ ਦੋ ਦੋ ਘੰਟਿਆਂ ਬਾਅਦ ਆਪਾਂ ਵਿਹਲੀ ਕਰ ਦਿੰਦੇ ਹਾਂ ਗਾਂ।